ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਅੱਜ ਸਗੀ ਹੈ ਕੀ ਸਰ, ਇਹ ਜਿਹੜਾ ਕੇਸ ਆਇਆ ਇਹ ਐਕਚੁਲੀ ਨਾ 18 ਤਰੀਕ ਨੂੰ ਆਏ ਸੀਗੇ, ਇਹ 18 ਤਰੀਕ ਨੂੰ ਆਏ ਸੀ ਕੇਸ। ਤਾਂ ਇਹਨਾਂ ਸਾਨੂੰ ਨਾ ਇਹਨਾਂ ਨੂੰ ਜੋ ਵੀ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ, ਅਤੇ ਇਹਨਾਂ ਨੂੰ ਕੁਆਰੰਟਾਈਨ ਕੀਤਾ, ਵੀ ਇਹ 14 ਦਿਨ ਦੇ ਸੇਫ ਪੀਰੀਅਡ 'ਚ ਰੱਖਿਆ ਇਹਨਾਂ ਨੂੰ, ਵੀ 14 ਦਿਨ ਦੇ ਵਿੱਚ ਕੋਈ ਵੀ ਇਹਨਾਂ ਨੂੰ ਇਹ ਜਿਹੇ ਲੱਛਣ ਆ ਜਾਂਦੇ ਨੇ, ਖਾਂਸੀ, ਜ਼ੁਕਾਮ, ਬੁਖਾਰ ਜਾਂ ਸਾਹ ਔਖਾ ਹੁੰਦਾ, ਅਤੇ ਇਹਨਾਂ ਨੂੰ ਉਦੋਂ ਲੈ ਕੇ ਫਿਰ ਆਈਸੋਲੇਸ਼ਨ 'ਚ ਪਾਉਣਾ ਹੁੰਦਾ। ਐਕਚੁਲੀ ਉਹਨਾਂ ਦੇ ਚੈੱਕਅਪ ਕੀਤਾ ਅਸੀਂ ਸਾਰਾ, ਇਹ ਬਿਲਕੁਲ ਠੀਕ ਨੇ, ਓਕੇ ਨੇ, ਅਤੇ ਇਹਨਾਂ ਦੇ ਬਾਅਦ ਅਸੀਂ ਪੂਰਾ ਇਹਨਾਂ ਦਾ ਨੋਟਿਸ ਲਾਤਾ ਇਹਨਾਂ ਦਾ, ਵੀ ਇਹਨਾਂ ਨੇ ਕਿਸੇ ਨੂੰ ਨਹੀਂ ਮਿਲਣਾ ਜਾਂ ਕਿਸੇ ਵੀ ਰਿਸ਼ਤੇਦਾਰ ਨੇ ਇਹਨਾਂ ਨਹੀਂ ਆਉਣਾ ਮਿਲਣ, ਵੀ ਇਹ ਬਿਲਕੁਲ ਸੇਫ ਪੀਰੀਅਡ 'ਚ ਅੰਦਰ ਨੇ, ਅਤੇ ਹਰ ਰੋਜ਼ ਅਸੀਂ ਇਹਨਾਂ ਦਾ ਵਿਜ਼ਿਟ ਕਰਾਂਗੇ, ਹਰ ਰੋਜ਼ ਚੈੱਕ ਕਰਾਂਗੇ। ਜੇ ਇਹਨਾਂ ਨੂੰ ਕਿਸੇ ਵੀ ਟਾਈਮ ਕੁਝ ਲੱਗਦਾ ਹੈ ਤਾਂ ਇਹ ਸਾਡੇ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ, ਇਹ ਕਾਲ ਕਰਕੇ ਸਾਨੂੰ ਬੁਲਾ ਸਕਦੇ ਨੇ, ਸਾਡੀ ਟੀਮ ਵਗੈਰਾ ਪੂਰੀ ਹਾਜ਼ਰ ਹੈ। ਮੇਰਾ ਨਾਮ ਕੁਲਵਿੰਦਰਪਾਲ ਸਿੰਘ। ਤੁਸੀਂ, ਤੁਹਾਨੂੰ ਪਤਾ ਸੀ ਵੀ ਜਿਹੜਾ ਹੈਗਾ ਇੱਥੇ ਫੋਰਨ ਤੋਂ ਇੱਥੇ ਆਏ ਹੋਏ ਨੇ? ਨਹੀਂ, ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਸੀ। ਹੁਣੀ ਸਿਹਤ ਵਿਭਾਗ ਦੀ ਟੀਮ ਆਈ ਸੀਗੀ, ਉਹਨਾਂ ਨੇ ਦੱਸਿਆ। ਮੈਂ ਮੁਹੱਲੇ ਵਾਲੇ ਨੂੰ ਜਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਵੀ ਟੀਮ ਬਾਹਰੋਂ ਬੰਦਾ ਆਉਂਦਾ ਹੈ ਤਾਂ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀ ਤੋਂ ਬਚਿਆ ਜਾ ਸਕੇ। ਸਾਨੂੰ ਸਰਕਾਰ ਦੀਆਂ ਹਦਾਇਤਾਂ ਪੂਰੀਆਂ ਪਾਲਣ ਕਰਨੀਆਂ ਚਾਹੀਦੀਆਂ ਨੇ, ਜਿਸ ਤਰ੍ਹਾਂ ਟੀ ਵੀ 'ਤੇ ਜਾਂ ਮੀਡੀਆ ਸਾਨੂੰ ਦੱਸਦਾ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਿ ਇਹ ਤੋਂ ਬਚਿਆ ਜਾ ਸਕੇ। ਤੁਹਾਨੂੰ ਤਾਂ ਪਤਾ ਨਹੀਂ ਹੋਣਾ ਸਿਹਤ ਵਿਭਾਗ 'ਤੇ ਆਉਣ 'ਤੇ ਪਤਾ ਲੱਗਿਆ ਤੁਹਾਨੂੰ? ਹਾਂ, ਸਾਨੂੰ ਸਿਹਤ ਵਿਭਾਗ 'ਤੇ ਆਉਣ 'ਤੇ ਪਤਾ ਲੱਗਿਆ ਵੀ ਇਹ ਦੋ ਬੰਦੇ ਬਾਹਰੋਂ ਆਏ ਨੇ, ਸਿੰਗਾਪੁਰ ਤੋਂ ਫਿਰ ਸ਼ਿਮਲੇ ਤੋਂ, ਉਦੋਂ ਬਾਅਦ ਹੁਣੀ ਸਾਨੂੰ ਜਾਣਕਾਰੀ ਮਿਲੀ ਹੈ। ਉਦੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ, ਜੇ ਪਤਾ ਹੁੰਦਾ ਸੀ ਆਪ ਜਾ ਕੇ ਸੂਚਿਤ ਕਰ ਦਿੰਦੇ। ਲੋਕ ਕਿਉਂ ਸੂਚਿਤ ਨਹੀਂ ਕਰਦੇ, ਕੀ ਕਰ ਰਹਾ? ਕਿ ਲੋਕਾਂ ਨੂੰ ਚਾਹੀਦਾ ਜੀ ਸੂਚਿਤ ਕਰਨਾ, ਇਹ ਗਲਤ ਆ ਵੀ ਜੇ ਨਹੀਂ ਦੱਸਦੇ, ਦੱਸ ਕੇ ਇਹਦੇ ਦੱਸਣਾ ਜ਼ਰੂਰ ਚਾਹੀਦਾ। ਸਿਹਤ ਵਿਭਾਗ ਨੂੰ ਸੂਚਿਤ ਕਰੋ, ਜੇ ਨਹੀਂ ਕਰਦੇ ਤਾਂ ਗਵਾਂਢੀਆਂ ਨੂੰ ਜਾਂ ਮੁਹੱਲੇ ਨਿਵਾਸੀਆਂ ਨੂੰ ਚਾਹੀਦਾ ਵੀ ਉਹ ਸਿਹਤ ਵਿਭਾਗ ਨੂੰ ਸੂਚਿਤ ਕਰੇ ਤਾਂ ਕਿ ਇਹ ਬਿਮਾਰੀ ਤੁਸੀਂ ਬਚ ਸਕੀਏ, ਸਰ ਇਹ ਜਿਹੜਾ ਕੇਸ ਆਇਆ ਇਹ ਐਕਚੁਲੀ ਨਾ 18 ਤਰੀਕ ਨੂੰ ਆਏ ਸੀਗੇ, ਇਹ 18 ਤਰੀਕ ਨੂੰ ਆਏ ਸੀ ਕੇਸ। ਤਾਂ ਇਹਨਾਂ ਸਾਨੂੰ ਨਾ ਇਹਨਾਂ ਨੂੰ ਜੋ ਵੀ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ, ਅਤੇ ਇਹਨਾਂ ਨੂੰ ਕੁਆਰੰਟਾਈਨ ਕੀਤਾ, ਵੀ ਇਹ 14 ਦਿਨ ਦੇ ਸੇਫ ਪੀਰੀਅਡ 'ਚ ਰੱਖਿਆ ਇਹਨਾਂ ਨੂੰ, ਵੀ 14 ਦਿਨ ਦੇ ਵਿੱਚ ਕੋਈ ਵੀ ਇਹਨਾਂ ਨੂੰ ਇਹ ਜਿਹੇ ਲੱਛਣ ਆ ਜਾਂਦੇ ਨੇ, ਖਾਂਸੀ, ਜ਼ੁਕਾਮ, ਬੁਖਾਰ ਜਾਂ ਸਾਹ ਔਖਾ ਹੁੰਦਾ, ਅਤੇ ਇਹਨਾਂ ਨੂੰ ਉਦੋਂ ਲੈ ਕੇ ਫਿਰ ਆਈਸੋਲੇਸ਼ਨ 'ਚ ਪਾਉਣਾ ਹੁੰਦਾ। ਐਕਚੁਲੀ ਉਹਨਾਂ ਦੇ ਚੈੱਕਅਪ ਕੀਤਾ ਅਸੀਂ ਸਾਰਾ, ਇਹ ਬਿਲਕੁਲ ਠੀਕ ਨੇ, ਓਕੇ ਨੇ, ਅਤੇ ਇਹਨਾਂ ਦੇ ਬਾਅਦ ਅਸੀਂ ਪੂਰਾ ਇਹਨਾਂ ਦਾ ਨੋਟਿਸ ਲਾਤਾ ਇਹਨਾਂ ਦਾ ਵੀ ਇਹਨਾਂ ਨੇ ਕਿਸੇ ਨੂੰ ਨਹੀਂ ਮਿਲਣਾ ਜਾਂ ਕਿਸੇ ਵੀ ਰਿਸ਼ਤੇਦਾਰ ਨੇ ਇਹਨਾਂ ਨੇ ਨਹੀਂ ਆਉਣਾ ਮਿਲਣ, ਵੀ ਇਹ ਬਿਲਕੁਲ ਸੇਫ ਪੀਰੀਅਡ 'ਚ ਅੰਦਰ ਨੇ, ਅਤੇ ਹਰ ਰੋਜ਼ ਅਸੀਂ ਇਹਨਾਂ ਦਾ ਵਿਜ਼ਿਟ ਕਰਾਂਗੇ, ਹਰ ਰੋਜ਼ ਚੈੱਕ ਕਰਾਂਗੇ। ਜੇ ਇਹਨਾਂ ਨੂੰ ਕਿਸੇ ਵੀ ਟਾਈਮ ਕੁਝ ਲੱਗਦਾ ਹੈ ਤਾਂ ਇਹ ਸਾਡੇ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ, ਇਹ ਕਾਲ ਕਰਕੇ ਸਾਨੂੰ ਬੁਲਾ ਸਕਦੇ ਨੇ, ਸਾਡੀ ਟੀਮ ਵਗੈਰਾ ਪੂਰੀ ਹਾਜ਼ਰ ਹੈ। ਇਹ ਕਿੱਥੇ ਤੋਂ ਕਿੱਥੇ ਆਏ ਨੇ? ਇਹ ਸਿੰਗਾਪੁਰ ਤੋਂ ਆਏ ਨੇ, ਇਹ ਮਲੇਸ਼ੀਆ ਘੁੰਮ ਕੇ ਆਏ ਨੇ। ਕਿੰਨੇ ਦਿਨ ਪਹਿਲਾਂ? ਇਹ 18 ਤਰੀਕ ਨੂੰ ਉਰੇ ਭਾਰਤ ਪਹੁੰਚੇ ਨੇ। ਸਿਹਤ ਵਿਭਾਗ ਨੂੰ ਪਤਾ ਲੱਗਿਆ, ਅੱਜ ਪਤਾ ਚੱਲਿਆ? ਇਹ ਸਿਹਤ ਵਿਭਾਗ ਨੂੰ ਐਕਚੁਲੀ ਅਸੀਂ ਤਾਂ ਵੈਸੇ ਹਰੇਕ ਥਾਂ 'ਤੇ ਅੱਜ ਕੱਲ੍ਹ ਮੀਡੀਆ 'ਚ ਵੀ ਕਾਫੀ ਚੱਲ ਰਹੇ ਹੈ, ਇਹਨਾਂ ਨੇ ਇੱਥੋਂ ਛੋਟਾ ਛੁਪਾ ਕੇ ਰੱਖਿਆ, ਅਤੇ ਜਿਹੜੀ ਲਿਸਟ ਨਿਕਲੀ ਹੈ ਇਹ ਜੋ ਉੱਪਰੋਂ ਲਿਸਟ ਆਈ ਹੈ ਉਹਦੇ ਵਿੱਚ ਤੇਜ਼ ਹੋ ਕੇ ਆਏ ਨੇ। ਅਸੀਂ ਸਾਰੇ ਮੁਹੱਲੇ ਵਾਲਿਆਂ ਨੂੰ ਵੈਸੇ ਇਹਨਾਂ ਨੂੰ ਕਿਹਾ ਹੀ ਪਿਆ ਸੀਗਾ ਵੀ ਜੇ ਵੀ ਕੋਈ ਆਉਂਦਾ ਸੋ ਕਿ ਸਾਡੇ ਵਿਜ਼ਿਟ ਰੈਗੂਲਰ ਚੱਲਦੇ ਰਹਿੰਦੇ ਨੇ, ਅਤੇ ਇਹ ਐਕਚੁਲੀ ਇਹਨਾਂ ਨੇ ਇਹ ਦੱਸੀ ਨਹੀਂ ਹੈਗੀ ਗੱਲ, ਅਤੇ ਅਸੀਂ ਜਦੋਂ ਵੀ ਪਰੰਤ ਸਾਨੂੰ ਰਾਤ ਨੂੰ 10 ਵਜੇ ਇਨਫੋਰਮੇਸ਼ਨ ਆਈ ਹੈ, ਅਸੀਂ ਸਵੇਰੇ ਆ ਕੇ ਇਹਨਾਂ ਨੂੰ ਮਿਲੇ ਹਨ। ਇਹ 1-4 2020 ਤੱਕ ਇਹਨਾਂ ਪੂਰੇ ਇਹ 'ਚ ਅਸੀਂ ਹਰ ਰੋਜ਼ ਇਹਨਾਂ ਚੈੱਕਅਪ ਹੋਊਗਾ ਸਾਡੇ ਸਟਾਫ ਵੱਲੋਂ, ਇਹਨਾਂ ਡੇਲੀ ਇਹਨਾਂ ਨੂੰ ਰੱਖ ਕੇ ਮਿਲਿਆ ਕਰੂਗਾ, ਦੇਖਿਆ ਕਰਾਂਗੇ। ਇਹ ਗੁੜੀਆ ਕੰਮ ਕਰਦੀ ਸੀ, ਕੀ ਕਰਦੇ ਸੀ ਉੱਥੇ? ਨਹੀਂ, ਇਹ ਉੱਥੇ ਘੁੰਮਣ ਗਏ ਸੀਗੇ ਜੀ ਆਪਣੇ ਹਸਬੈਂਡ ਨਾਲ। ਕਿੰਨੇ ਜਣੇ ਨੇ? ਇਹ 2 ਜਣੇ ਜੀ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਪੰਡਿਤ ਰਾਕੇਸ਼ ਜੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। 2 ਘੰਟੇ ਵਿੱਚ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਪਾਓ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ, ਧੋਖਾ ਖਾਦੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਪੰਡਿਤ ਰਾਕੇਸ਼ ਜੀ ਸੰਪਰਕ ਕਰੋ 83607-99607, 8360789607।